ਸਤਿ ਸ਼੍ਰੀ ਅਕਾਲ, ਮੈਂ ਰਾਘਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਆਖਿਰਕਾਰ ਪਤਾ ਲੱਗ ਗਿਆ ਕਿ ਕੌਣ ਸੀ ਕਾਤਿਲ ਡੀਐਸਪੀ ਦਲਬੀਰ ਸਿੰਘ ਦਾ। ਤੁਹਾਨੂੰ ਦੱਸ ਦੇ ਕਿ ਆਟੋ ਡਰਾਈਵਰ ਨੇ ਹੀ ਕੀਤਾ ਸੀ ਕਤਲ ਡੀਐਸਪੀ ਦਲਬੀਰ ਸਿੰਘ ਦਾ, ਤੇ ਉਹਦੀ ਹੀ ਸਰਕਾਰੀ ਰਿਵੋਲਵਰ ਦੇ ਨਾਲ ਜਿਹੜਾ ਕਿ ਇੱਕ ਗੋਲੀ ਮਾਰ ਕੇ ਜਿਹੜਾ ਕਿ ਕਤਲ ਕੀਤਾ ਸੀ। ਤੁਹਾਨੂੰ ਦੱਸ ਦੇ ਕਿ ਪੂਰਾ ਮਾਮਲਾ ਕੀ ਸੀਗਾ। 31 ਦਸੰਬਰ ਦੀ ਰਾਤ ਸੀ ਜਦੋਂ ਦਲਬੀਰ ਸਿੰਘ ਹੋਣੀ ਆਪਣੇ ਦੋਸਤਾਂ ਨਾਲ ਪਾਰਟੀ ਕਰ ਰਹੇ ਹੁੰਦੇ ਆ। ਉਸ ਤੋਂ ਬਾਅਦ ਬੱਸ ਸਟੈਂਡ ਦੇ ਨੇੜੇ ਇੱਕ ਉਹਨਾਂ ਨੂੰ ਕੰਮ ਹੁੰਦਾ ਵਾ ਕਿਸੇ ਗਰਾਜ ਵਿੱਚ, ਜਿਸ ਕਰਕੇ ਉੱਥੇ ਪਹੁੰਚਦੇ ਆ, ਤੇ ਉੱਥੇ ਕੰਮ ਕਰਨ ਤੋਂ ਬਾਅਦ ਜਿਹੜੇ ਦੋਸਤ ਨੂੰ ਮਿਲਣਾ ਸੀਗਾ ਉਹ ਦੋਸਤ ਉੱਥੇ ਨਹੀਂ ਮਿਲਦਾ ਮੌਕੇ ਤੇ, ਜਿਸ ਤੋਂ ਬਾਅਦ ਖਾਣ ਪੀਣ ਲਈ ਜਿਹੜਾ ਕਿ ਇੱਕ ਮਾਮੇ ਦਾ ਢਾਬਾ ਵਾ ਬਹੁਤ ਹੀ ਮਸ਼ਹੂਰ ਹੈ, ਉੱਥੇ ਜਿਹੜਾ ਕਿ ਉਹ ਖਾਣ ਪੀਣ ਵਾਸਤੇ ਜਾਂਦੇ ਆ। ਜਦੋਂ ਉੱਥੇ ਖਾ ਪੀ ਲੈਂਦੇ ਤੇ ਕਾਫੀ ਦੇਰ ਹੋ ਜਾਂਦੀ ਹੈ, ਤੇ ਉਹਨਾਂ ਦਾ ਘਰ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਦੇ ਖੋਜੇਵਾਲ ਵਿੱਚ ਪੈਂਦਾ ਹੈ, ਤੇ ਉਹ ਆਟੋ ਡਰਾਈਵਰ ਨੂੰ ਕਹਿੰਦੇ ਕਿ ਮੈਨੂੰ ਜਿਹੜਾ ਕਿ ਮੇਰੇ ਘਰ ਪਹੁੰਚਾ ਦੇਵੇ। ਜਿਸ ਤੋਂ ਬਾਅਦ ਆਟੋ ਡਰਾਈਵਰ ਜਿਹੜਾ ਕਿ ਮਨਾ ਕਰਦਾ ਕਿ ਮੈਂ ਜਿਹੜਾ ਕੀ ਹੈ ਤੁਹਾਨੂੰ ਘਰ ਨਹੀਂ ਪਹੁੰਚਾ ਸਕਦਾ ਕਿਉਂਕਿ ਕਾਫੀ ਰਾਤ ਹੋ ਚੁੱਕੀ ਤੇ ਤੁਹਾਡਾ ਜਿਹੜਾ ਘਰ ਹੈ ਉਹ ਵੀ ਜਿਹੜਾ ਕਿ ਕਾਫੀ ਦੂਰ ਹੈਗਾ। ਜਿਸ ਤੋਂ ਬਾਅਦ ਡੀਐਸਪੀ ਥੋੜਾ ਇੰਤਜ਼ਾਰ ਕਰਦਾ ਵਾ ਉੱਥੇ ਢਾਬੇ ਵਿੱਚ ਬਹਿ ਕੇ ਹੀ, ਲੇਕਿਨ ਕਾਫੀ ਦੇਰ ਜਦੋਂ ਕੋਈ ਵਹੀਕਲ ਨਹੀਂ ਮਿਲਦਾ ਹੈਗਾ ਤੇ ਇੱਕ ਵਾਰ ਫੇਰ ਤੋਂ ਉਸੇ ਆਟੋ ਡਰਾਈਵਰ ਨੂੰ ਕਹਿੰਦਾ ਹੈ ਕਿ ਮੈਨੂੰ ਜਿਹੜਾ ਕੀ ਹੈ ਮੇਰੇ ਘਰ ਛੱਡੇ, ਚਾਹੇ ਜਿੰਨੇ ਪੈਸੇ ਲੈਣੇ ਲੈ ਲੈ। ਉਸ ਤੋਂ ਬਾਅਦ ਉਹ ਦੋਨੋਂ ਬੈਠ ਕੇ ਜਿਹੜੇ ਕਿ ਜਿਸ ਥਾਂ ਸੀ ਮੌਜੂਦ ਹੈ ਯਾਨੀ ਕਿ ਬਸਤੀ ਬਾਵਾ ਖੇਲ ਨਹਿਰ, ਉਹ ਦੋਨੋਂ ਇੱਥੇ ਆ ਜਾਂਦੇ ਨੇ। ਉਸ ਤੋਂ ਬਾਅਦ ਦੋਨਾਂ ਵਿੱਚ ਜਿਹੜੀ ਕੀ ਹੈ ਬਹਿਸਬਾਜ਼ੀ ਸ਼ੁਰੂ ਹੋ ਜਾਂਦੀ ਹੈ ਕਿਸੇ ਗੱਲ ਨੂੰ ਲੈ ਕੇ, ਕਿਉਂਕਿ ਬਾਰ ਬਾਰ ਆਟੋ ਡਰਾਈਵਰ ਜਿਹੜਾ ਸੀਗਾ ਉਹ ਮਨਾ ਕਰਦਾ ਪਿਆ ਸੀ। ਇੱਕ ਵੱਡੀ ਗੱਲ ਦੱਸ ਦਈਏ ਕਿ ਜਿਹੜਾ ਆਟੋ ਡਰਾਈਵਰ ਸੀਗਾ ਉਹਨੂੰ ਨਸ਼ੇ ਦੀ ਬਹੁਤ ਆਦਤ ਸੀਗੀ ਤੇ ਉਹਦਾ ਇਲਾਜ ਵੀ ਚੱਲਦਾ ਪਿਆ ਸੀਗਾ ਨਸ਼ਾ ਛੁਡਾਓ ਕੇਂਦਰ ਵਿੱਚ, ਲੇਕਿਨ ਉਸ ਰਾਤ ਵੀ ਇਸ ਤਰ੍ਹਾਂ ਹੀ ਹੋਇਆ ਕਿ ਨਸ਼ੇ ਦੀ ਹਾਲਤ ਵਿੱਚ ਸੀਗਾ, ਤੇ ਲਗਾਤਾਰ ਜਦੋਂ ਡੀਐਸਪੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਤੂੰ ਜਿੰਨੇ ਮਰਜ਼ੀ ਪੈਸੇ ਲੈ ਲਈ ਮੈਨੂੰ ਘਰ ਛੱਡ ਦੇ, ਤੇ ਉਹਦੇ ਵੱਲੋਂ ਜਿਹੜੀ ਕਿ ਨਾ ਨੁੱਕਰ ਕੀਤੀ ਜਾ ਰਹੀ ਸੀਗੀ ਤੇ ਸ਼ਾਇਦ ਕਿਤੇ ਨਾ ਕਿਤੇ ਉਹ ਇੱਥੇ ਹੀ ਉਤਾਰ ਕੇ ਜਾ ਰਿਹਾ ਸੀਗਾ। ਉਸ ਤੋਂ ਬਾਅਦ ਜਦੋਂ ਬਹਿਸਬਾਜ਼ੀ ਹੁੰਦੀ ਤੇ ਦੋਨਾਂ ਵਿੱਚ ਜਿਹੜੀ ਕਿ ਹੱਥਾਪਾਈ ਜਿਹੜੀ ਕਿ ਸ਼ੁਰੂ ਹੋ ਜਾਂਦੀ ਹੈ, ਤੇ ਉਸ ਦੌਰਾਨ ਜਿਹੜਾ ਡੀਐਸਪੀ ਸੀਗੇ ਉਹਨਾਂ ਦੀ ਜਿਹੜੀ ਕਿ ਜੇਬ ਵਿੱਚੋਂ ਜਿਹੜੇ ਕਿ ਉਹਨਾਂ ਸਰਕਾਰੀ ਰਿਵੋਲਵਰ ਸੀਗੀ ਉਹ ਥੱਲੇ ਡਿੱਗ ਜਾਂਦੀ ਹੈ, ਜਿਸ ਤੋਂ ਬਾਅਦ ਆਟੋ ਡਰਾਈਵਰ ਵੱਲੋਂ ਉਹ ਰਿਵੋਲਵਰ ਚੱਕ ਕੇ ਜਿਹੜਾ ਕੀ ਹੈ ਕਿ ਜਿਹੜੀ ਕਿ ਮੱਥੇ ਤੇ ਸਿੱਧੀ ਇੱਥੇ ਗੋਲੀ ਮਾਰੀ ਗਈ ਸੀਗੀ, ਤੇ ਗੋਲੀ ਜਿਹੜੀ ਕਿ ਆਰ ਪਾਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਮੌਕੇ ਤੇ ਹੀ ਡੀਐਸਪੀ ਦਲਵੀਰ ਹੁਣਾਂ ਦੀ ਮੌਤ ਹੋ ਜਾਂਦੀ ਹੈ। ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਪਹਿਲਾਂ ਵੀ ਵਿਵਾਦਾਂ ਵਿੱਚ ਆਏ ਸੀ ਇਹ ਡੀਐਸਪੀ ਜਦੋਂ ਮਕਸੂਦਾ ਦੇ ਅੰਤਰਗਤ ਆਉਂਦੇ ਇੱਕ ਪਿੰਡ ਵਿੱਚ ਜਦੋਂ ਆਪਣੇ ਯਾਰ ਦੋਸਤਾਂ ਬਹਿ ਕੇ ਜਿਹੜੇ ਗੱਡੀ 'ਚ ਸ਼ਰਾਬ ਪੀ ਰਹੇ ਸੀਗੇ, ਤੇ ਉਸ ਦੌਰਾਨ ਵੀ ਜਿਹੜੇ ਕਿ ਪਿੰਡ ਵਾਲਿਆਂ ਨੇ ਬਹਿਸਬਾਜ਼ੀ ਹੋਈ ਸੀ ਤੇ ਉਦੋਂ ਵੀ ਇਹਨਾਂ ਦੀ ਜਿਹੜੀ ਕਿ ਹੱਥਾਪਾਈ ਹੋਈ ਸੀਗੀ, ਕਿਤੇ ਨਾ ਕਿਤੇ ਪੁਲਿਸ ਉਹ ਵੀ ਐਂਗਲ ਜਿਹੜੇ ਕਿ ਜਾਂਚਦੀ ਪਈ ਸੀਗੀ। ਉਸ ਤੋਂ ਇਲਾਵਾ ਇਹ ਜਿਹੜਾ ਜਿਸ ਏਰੀਆ ਵਿੱਚ ਅਸੀਂ ਮੌਜੂਦ ਹਾਂ ਇੱਥੇ ਕਾਫੀ ਲੁੱਟਾਂ ਖੋਹਾਂ ਵੀ ਹੁੰਦੀਆਂ, ਇਸ ਕਰਕੇ ਪੁਲਿਸ ਉਸ ਐਂਗਲ ਨੂੰ ਵੀ ਤਲਾਸ਼ ਰਹੀ ਸੀ, ਲੇਕਿਨ ਬਾਰ ਬਾਰ ਇੱਕੋ ਹੀ ਗੱਲ ਸਾਹਮਣੇ ਆ ਰਹੀ ਸੀ, ਆਖਿਰ ਆਟੋ ਵਿੱਚ ਬਹਿ ਕੇ ਕਿੱਥੇ ਗਏ, ਆਖਿਰ ਇੱਥੇ ਤੱਕ ਕਿੱਦਾਂ ਪਹੁੰਚੇ। ਦੋਸਤਾਂ ਦਾ ਕਹਿਣਾ ਸੀਗਾ ਕਿ ਅਸੀਂ ਤਾਂ ਬੱਸ ਸਟੈਂਡ ਛੱਡਿਆ ਸੀਗਾ, ਉਸ ਤੋਂ ਬਾਅਦ ਇੱਥੇ, ਕਿਉਂਕਿ ਦੋਨੋਂ ਜਗ੍ਹਾ ਦਾ ਡਿਸਟੈਂਸ ਜਿਹੜਾ ਕਿ ਬਹੁਤ ਜ਼ਿਆਦਾ ਹੈਗਾ ਕਿ ਆਖਿਰ ਇੱਥੇ ਤੱਕ ਉਹ ਕਿੱਦਾਂ ਪਹੁੰਚੇ ਹੈਗੇ, ਤੇ ਬਾਰ ਬਾਰ ਪੁਲਿਸ ਵੱਲੋਂ ਜਿਹੜੀ ਕਿ ਇਨਵੈਸਟੀਗੇਸ਼ਨ ਕੀਤੀ ਗਈ, ਬਾਰ ਬਾਰ ਆਟੋ ਡਰਾਈਵਰਾਂ ਨਾਲ ਗੱਲਬਾਤ ਕੀਤੀ ਗਈ, ਤੇ ਉਸ ਤੋਂ ਬਾਅਦ ਇੱਕ ਗੱਲ ਨਿਕਲ ਕੇ ਸਾਹਮਣੇ ਆਈ, ਤੇ ਆਖਿਰ ਕੱਲ ਪੁਲਿਸ ਨੇ ਜਿਹੜਾ ਕੀ ਹੈ ਉਸ ਆਟੋ ਡਰਾਈਵਰ ਨੂੰ ਗ੍ਰਿਫਤਾਰ ਕਰ ਲਿੱਤਾ ਤੇ ਪੂਰੀ ਗੁੱਥੀ ਜਿਹੜੀ ਸੁਲਝ ਚੁੱਕੀ ਹੈ। ਤੇ ਇਸ ਤਰ੍ਹਾਂ ਹੋਈ ਸੀਗੀ ਡੀਐਸਪੀ ਦਲਬੀਰ ਸਿੰਘ ਹੁਣਾਂ ਦੀ ਹੱਤਿਆ। ਹੋਰ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਵੇਖਦੇ ਰਹੋ ਨਿਊਜ਼ 18 ਪੰਜਾਬ।